ਜਨਾਬੇ ਅਲੀ ਆਲ ਪਾਕਿਸਤਾਨ ਪਾਕ ਆਵਾਨ ਗਰੁੱਪ ਦੇ ਸਦਰ ਮਲਿਕ ਆਸ਼ਿਕ ਆਵਾਨ ਭਾਈ ਜਾਨ ਮੀਆਂ ਸਾਜਦ ਰਾਈ ਬਾਨੀ ਗਰੁੱਪ ਸੈਯਦ ਪੀਰ ਹਮਦ ਅਲੀ ਸ਼ਾਹ ਗਿਲਾਨੀ ਖਾਨਕਾ ਸ਼ਰੀਫ ਬਹਾਵਲਪੁਰ ਮੀਆਂ ਖਿਜ਼ਰ ਭਾਈ ਦੇ ਡੇਰੇ 'ਤੇ ਮੀਆਂ ਖਿਜ਼ਰ ਭਾਈ ਦੇ ਡੇਰੇ 'ਤੇ ਜੀ ਇੱਕ ਬਹੁਤ ਅੱਛਾ ਫੰਕਸ਼ਨ ਈਦ ਮਿਲਨ ਪਾਰਟੀ ਬਹਾਵਲਪੁਰ ਡਿਵੀਜ਼ਨ ਦੇ ਪਾਕ ਆਵਾਨ ਗਰੁੱਪ ਦੇ ਸਦਰ ਸ਼ੇਖ ਖਿਜ਼ਰ ਵਿਰਕ ਸਾਹਿਬ ਉਹਨਾਂ ਦੇ ਡੇਰੇ 'ਤੇ ਜੀ ਪਾਕ ਆਵਾਨ ਗਰੁੱਪ ਦਾ ਕੱਟ ਬਹੁਤ ਅੱਛੀ ਮੀਟਿੰਗ ਬੇਲੀਆਂ ਦੇ ਮਿਲਣ ਦੇ ਬਹਾਨੇ ਬੇਲੀਆਂ ਦੀਆਂ ਰੌਣਕਾਂ ਬੇਲੀਆਂ ਦੇ ਮੇਲੇ ਈਦ ਮਿਲਨ ਪਾਰਟੀ ਪਾਕ ਆਵਾਨ ਗਰੁੱਪ ਸਦਰ ਮਲਿਕ ਆਸ਼ਕ ਆਵਾਨ ਬਾਨੀ ਗਰੁੱਪ ਮੀਆਂ ਸਾਜਦ ਰਾਈ ਸੋਹਣੇ ਵੀਰ ਬਹੁਤ ਅੱਛੇ ਜੀ ਇਹ ਬੇਲੀਆਂ ਦਾ ਬਹੁਤ ਅੱਛਾ ਇਸਤਕਬਾਲ ਜੀ ਪਾਕ ਆਵਾਨ ਗਰੁੱਪ ਦਾ ਜੀ ਚੌਧਰੀ ਸਾਜਦ ਤੰਦੀਲ ਖਾਨ ਫਰੂਖ ਖਾਨ ਕਾਂਜੂ ਰਾਣਾ ਸ਼ਮਸ਼ਾਦ ਭਾਈ ਵੈਲਕਮ ਕੰਮ ਕਲੀਅਰ ਹੋ ਗਿਆ ਖਾਨ ਫਰੂਖ ਖਾਨ ਕਾਂਜੂ ਭਾਈ ਕਾਬਲੇ ਇਤਰਾਮ ਜੀ ਚੌਧਰੀ ਸਾਜਦ ਤੰਦੀਲ ਮੋਹਤਰਮ ਮੀਆਂ ਸ਼ੇਖ ਖਿਜ਼ਰ ਸਾਹਿਬ ਦੇ ਡੇਰੇ 'ਤੇ ਜੀ ਜੀ ਅਖਤਰ ਭਾਈ ਗੁਡਨ ਖਾਨ ਲੰਗਾ ਚਾਚਾ ਅੱਲਾ ਡਿਵਾਇਆ ਸਾਡੇ ਬਜ਼ੁਰਗ ਜੀ ਸਾਡੇ ਬੜੇ ਵੀਰ ਅੱਲਾ ਖੁਸ਼ ਰੱਖੇ ਜੀ ਅੱਲਾ ਖੈਰ ਕਰੇ ਜੀ ਬਹੁਤ ਅੱਛਾ ਬਿਲੀਓ ਪਾਕਿਸਤਾਨੀਓ ਸ਼ਿਕਾਰੀ ਭਾਈਓ ਸੱਜਣੋ ਇਹ ਸ਼ੌਕ ਸ਼ਿਕਾਰ ਆਪਣੀ ਜਗ੍ਹਾ 'ਤੇ ਲੇਕਿਨ ਇਹ ਸਾਡੇ ਬੇਲੀਆਂ ਦੇ ਮਿਲਣ ਦੇ ਬਹਾਨੇ ਇਹ ਸਾਡੇ ਬੇਲੇ ਸਾਡੇ ਬੇਲੀਆਂ ਦੇ ਪਿਆਰ ਮੁਹੱਬਤ ਇਹੀ ਬਚਦਾ ਹੈ ਸਾਡਾ ਇੱਕ ਦੂਸਰੇ ਨਾਲ ਬਹੁਤ ਅੱਛਾ ਸਲੂਕ ਮੁਹਤਰਮ ਬੜੇ ਭਾਈ ਸੈਯਦ ਪੀਰ ਹਮਦ ਸ਼ਾਹ ਗਿਲਾਨੀ ਸਾਹਿਬ ਪਾਕ ਆਵਾਨ ਗਰੁੱਪ ਦੀ ਜਾਨ ਸ਼ਾਨ ਆਨ ਜੀ ਜੀ ਮੁਹਤਰਮ ਮੀਆਂ ਖਿਜ਼ਰ ਸਾਹਿਬ ਜੀ ਬਾਬਲਪੁਰ ਡਿਵੀਜ਼ਨ ਪਾਕ ਆਵਾਨ ਗਰੁੱਪ ਦੇ ਸਦਰ ਸ਼ੇਖ ਖਿਜ਼ਰ ਸਾਹਿਬ ਰਾਣਾ ਸ਼ਮਸ਼ਾਦ ਭਾਈ ਬੇਲੀਆਂ ਨੇ ਦਿਲ ਦੀਆਂ ਥਾਂ ਗਰਾਈਆਂ ਨਾਲ ਆਪਣੇ ਪਾਕ ਆਵਾਨ ਗਰੁੱਪ ਦੇ ਬਾਨੀ ਗਰੁੱਪ ਮੀਆਂ ਸਾਜਦ ਰਾਈ ਭਾਈ ਨੂੰ ਸਦਰ ਮਲਿਕ ਆਸ਼ਕ ਆਵਾਨ ਭਾਈ ਨੂੰ ਦਿਲ ਦੀਆਂ ਅਥਾਹ ਗਰਾਈਆਂ ਨਾਲ ਖੁਸ਼ ਆਮਦੀਦ ਕਿਹਾ ਜੀ ਅੱਲਾ ਖੁਸ਼ ਰੱਖੇ ਜੀ ਪਹਿਲਵਾਨ ਲਾਲਾ ਲਿਆਕਤ ਸਰ ਖੁਸ਼ ਆਮਦੀਦ ਜੀ ਅੱਲਾ ਖੁਸ਼ ਰੱਖੇ ਜੀ ਬੇਲੀਆਂ ਦੀਆਂ ਮੁਹੱਬਤਾਂ ਹੀ
ਰੰਗ ਲਾਉਂਦੀਆਂ ਜੀ। ਆਫ ਸੀਜ਼ਨ ਹੈ ਲੇਕਿਨ ਇੱਕ ਬਹੁਤ ਅੱਛੀ ਈਦ ਮਿਲਨ ਪਾਰਟੀ ਦਾ ਇਹਤਮਾਮ ਕੀਤਾ ਜੀ ਸ਼ੇਖ ਖਿਜ਼ਰ ਸਾਹਿਬ ਨੇ, ਸਦਰ ਬਹਾਵਲਪੁਰ ਡਿਵੀਜ਼ਨ, ਪਾਕ ਆਵਾਨ ਗਰੁੱਪ। ਵੈਲਕਮ, ਖੁਸ਼ ਆਮਦੀਦ, ਬੇਲੀਆਂ ਦੀ ਖੈਰ। ਚੇਅਰਮੈਨ ਸਿਲੈਕਸ਼ਨ ਕਮੇਟੀ ਆਲ ਪਾਕਿਸਤਾਨ ਪਾਕ ਆਵਾਨ ਗਰੁੱਪ, ਮਲਿਕ ਨਾਸਰ ਆਵਾਨ ਤਸ਼ਰੀਫ ਲੈ ਕੇ ਆਏ ਜੀ। ਅੱਲਾ ਸਲਾਮਤ ਰੱਖੇ ਜੀ। ਖਿਜ਼ਰ ਸ਼ੇਖ ਸਾਹਿਬ ਦੇ ਡੇਰੇ 'ਤੇ ਈਦ ਮਿਲਨ ਪਾਰਟੀ, ਪਾਕ ਆਵਾਨ ਗਰੁੱਪ, ਬੇਲੀ ਵੀਰ ਕਾਬਲ ਇਹਤਰਾਮ ਸਾਰੇ ਹੀ। ਮਾਨੀ ਬਾਈ, ਸ਼ੂਗਰ ਵਾਲੇ ਵਾਸਤੇ ਮਿੱਠੀ ਸ਼ਾਇਦ ਚੰਗੀ ਹੁੰਦੀ, ਮਿੱਠੀ ਸ਼ਾਇਦ ਚੰਗੀ ਹੁੰਦੀ ਜੀ। ਮਾਨੀ ਬਾਈ, ਕਿਆ ਬਾਤ ਹੈ, ਕਿਆ ਬਾਤ ਉਸ ਦਿਨ ਮੈਨੂੰ ਇੱਕ ਨਾ ਮੀਆਂ ਸਾਹਿਬ ਮੈਂ ਸਹੀ ਕਰਦਾ ਪਿਆ, ਸਾਡੇ ਦੋਸਤ ਇਸਲਾਮਾਬਾਦ ਹੈ ਨਾ, ਉਹਦਾ ਇੱਕ ਦੋਸਤ ਦਾ ਮੋਸਟਲੀ ਘਰ ਹੀ ਮਤਲਬ ਉਹਦੇ ਕੋਲ ਬਿਸਮਿਲਾ ਬਿਸਮਿਲਾ ਜਨਾਬ ਬਿਸਮਿਲਾ ਮੋਤਰਮ ਜਨਾਬੇ ਵਾਲੀ ਆਪਣੇ ਵੀਰ ਛੋਟਾ ਭਾਈ ਖਾਨ ਅਫਜ਼ਲ ਖਾਨ ਲੰਗਾਹ ਸਾਹਿਬ, ਪਾਕ ਆਵਾਨ ਗਰੁੱਪ ਦੇ ਸੀਨੀਅਰ ਮੈਂਬਰ, ਮੋਹਤਰਮ ਸ਼ੇਖ ਖਿਜ਼ਰ ਸਾਹਿਬ ਦੇ ਡੇਰੇ 'ਤੇ, ਮਲਿਕ ਆਸ਼ਕ ਆਵਾਨ, ਨੀਆ ਸਾਜਦ ਅਰਾਈ ਬੇਲੀਆਂ ਦੇ ਨਾਲ ਤਸ਼ਰੀਫ ਫਰਮਾ ਜੀ। ਜਨਾਬ ਖੁਸ਼ ਆਮਦੀਦ ਜੀ ਖਾਨ ਅਫਜ਼ਲ ਖਾਨ ਲੰਗਾਹ ਸਾਹਿਬ, ਅੱਲਾ ਖੁਸ਼ ਰੱਖੇ ਜੀ, ਅੱਲਾ ਇੱਜ਼ਤ ਦੇ ਜੀ। ਜਨਾਬੇ ਅਲੀ, ਅਫਜ਼ਲ ਲੰਗਾਹ ਸਾਹਿਬ ਕੈਸੇ ਹੈਂ ਆਪ? ਮੇਰਾ ਨਾਮ ਅਲਹਮਦੁਲਿਲਾਹ, ਆਪ ਸੁਣਾਓ, ਠੀਕ ਹੋ? ਠੀਕ ਹੈ, ਆਪਕੋ ਖੁਸ਼ ਆਮਦੀਦ ਕਹਤੇ ਹੈ। ਆਪਕੀ ਪਾਕ ਆਵਾਨ ਗਰੁੱਪ ਕੇ ਸਾਥ ਮੁਹੱਬਤੇ, ਆਪਕਾ ਪਿਆਰ, ਆਪਕਾ ਇਖਲਾਕ ਹਮਾਰੇ ਲਈ ਕਾਬਲ ਇੱਜ਼ਤ ਹੈ ਆਪ, ਅੱਲਾ ਆਪਕੋ ਖੁਸ਼ ਰੱਖੇ, ਵੈਲਕਮ। ਜਨਾਬੇ ਅਲੀ, ਸੁਹੇਲ ਭਾਈ, ਸੁਹੇਲ ਨਾਸਰ, ਸੁਹੇਲ ਨੱਤ, ਕਿਆ ਬਾਤ ਹੈ ਜੀ, ਸ਼ੇਖ ਖਿਜ਼ਰ ਸਾਹਿਬ ਦੇ ਡੇਰੇ 'ਤੇ ਸੁਹੇਲ ਨੱਤ ਸਾਹਿਬ ਤਸ਼ਰੀਫ ਲੈ ਕੇ ਆਏ ਜੀ, ਖੁਸ਼ ਆਮਦੀਦ ਜੀ, ਬੇਲੀਆਂ ਦੀ ਖੈਰ। ਰਾਣਾ ਸਾਹਿਬ, ਰਾਣਾ ਸ਼ਮਸ਼ਾਦ ਸਾਹਿਬ, ਜਨਾਬੇ ਅਲੀ, ਮੋਹਤਰਮ ਲਿਆਕਤ ਭਾਈ ਨੇ ਅੱਜ ਸ਼ੇਖ ਖਿਜ਼ਰ ਸਾਹਿਬ ਦੇ ਡੇਰੇ 'ਤੇ ਮਾਸ਼ਾਅੱਲਾ ਪਾਕ ਆਵਾਨ ਗਰੁੱਪ
ਸਦਰ ਮਲਿਕ ਆਸ਼ਕ ਅਵਾਨ, ਬਾਨੀ ਗਰੁੱਪ ਮੀਆਂ ਸਾਜਦ ਰਾਈ, ਚੇਅਰਮੈਨ ਸਿਲੈਕਸ਼ਨ ਕਮੇਟੀ ਮਲਿਕ ਨਾਸਰ ਅਵਾਨ, ਔਰ ਸ਼ੇਖ ਖਿਜ਼ਰ ਭਾਈ ਸਦਰ ਬਹਾਵਲਪੁਰ ਪਾਕ ਅਵਾਨ ਗਰੁੱਪ। ਉਹਨਾਂ ਦੇ ਡੇਰੇ 'ਤੇ ਲਿਆਕਤ ਭਾਈ ਨੇ ਅੱਜ ਪਾਕ ਅਵਾਨ ਗਰੁੱਪ ਸ਼ਮੂਲੀਅਤ ਦਾ ਐਲਾਨ ਕੀਤਾ। ਲਿਆਕਤ ਭਾਈ, ਤੁਹਾਨੂੰ ਦਿਲ ਦੀਆਂ ਅਥਾਹ ਗਰਾਈਆਂ ਨਾਲ ਖੁਸ਼ ਆਮਦੀਦ ਕਹਿੰਦੇ। ਸੁਹੇਲ ਸਾਹਿਬ, ਸੁਹੇਲ ਨੱਤ ਸਾਹਿਬ, ਬੇਟਾ ਕੀ ਹਾਲ ਚਾਲ ਹੈ? ਪੱਕੇ ਟਾਈਮ ਦੀਆਂ ਗੱਡੀਆਂ ਅੱਲਾ ਦੇ ਹੁਕਮ ਨਾਲ? ਆਪਕੋ ਭਾਈਓਂ ਕੋ ਸ਼ੇਖ ਖਿਜ਼ਰ ਸਾਹਿਬ ਦੇ ਡੇਰੇ 'ਤੇ ਪਾਕ ਅਵਾਨ ਗਰੁੱਪ ਦੇ ਸਦਰ ਮਲਿਕ ਆਸ਼ਕ ਅਵਾਨ ਭਾਈ ਦੇ ਨਾਲ ਕੰਧੇ ਦੇ ਨਾਲ ਜੋੜ ਕੇ ਦਿਲ ਦੀਆਂ ਥਾਂ ਗਰਾਈਆਂ ਦੇ ਨਾਲ ਖੁਸ਼ ਆਮਦੀਦ ਪਾਕ ਅਵਾਨ ਗਰੁੱਪ ਦੀ, ਪਾਕ ਅਵਾਨ ਗਰੁੱਪ 'ਚ ਸ਼ਮੂਲੀਅਤ ਮਾਨੀ ਭਾਈ ਦੀਆਂ ਬਹੁਤ ਕਮਾਲ ਮੁਹੱਬਤਾਂ ਜੀ। ਕਿਆ ਬਾਤ ਹੈ ਜੀ! ਅਸਲ ਚੀਜ਼ ਬੇਲੀਓ ਅਤੇ ਸਜਣੋ, ਦਿਲੋਂ ਕਦਰ ਇਹ ਹੋਣੀ ਚਾਹੀਦੀ ਹੈ। ਬੰਦਾ ਸ਼ੌਕ ਸ਼ਿਕਾਰ ਤਾਂ ਹੋ ਹੀ ਜਾਂਦੇ ਹੈ, ਲੇਕਿਨ ਬੰਦਾ ਆਪਣੇ ਗਰੁੱਪ ਦਾ ਪੱਕਾ ਹੋਵੇ। ਪੱਕੇ ਟਾਈਮ ਦੀਆਂ ਗੱਡੀਆਂ ਦੇ ਸਾਰੇ ਹੀ ਚਾਹੁਣ ਵਾਲੇ ਹੈ, ਅਤੇ ਜਿਹੜੀਆਂ ਲੋਕਲ ਗੱਡੀਆਂ ਉਹ ਤੁਹਾਨੂੰ ਪਤਾ, ਕਦੀ ਉੱਥੇ ਖੜੋ ਗਈ, ਕਦੀ ਉੱਥੇ ਖੜੋ ਗਈ। ਇਹ ਪੂਰੀ ਦੁਨੀਆ ਨੇ ਮੇਰਾ ਯੂਟਿਊਬ ਚੈਨਲ ਅਸਦ ਗਿਲਾਨੀ ਦੇਖਣਾ ਹੈ। ਇਹ ਮਜ਼ਾਕ ਨਹੀਂ, ਤੁਸੀਂ ਪਾਕ ਅਵਾਨ ਗਰੁੱਪ ਦੇ ਵੀਰ ਹੋ। ਅੱਲਾਹ ਤਾਲਾ ਇੱਜ਼ਤ ਹੈ, ਅੱਲਾਹ ਤਾਲਾ ਕਾਮਯਾਬੀ ਦੇ। ਰਾਣਾ ਸ਼ਮਸ਼ਾਦ ਭਾਈ ਕਾਇਮ ਹੋ? ਬਿਲਕੁਲ ਜੀ, ਕਾਇਮ ਹੈ, ਬੜੀ ਦੇਰ ਦੇ ਕਾਇਮ ਹੈ। ਅੱਲਾਹ ਖੁਸ਼ ਰੱਖੇ ਜੀ। ਮਲਿਕ ਆਸ਼ਕ ਭਾਈ ਜਾਨ ਸਰ, ਤੁਹਾਨੂੰ ਬਹੁਤ ਬਹੁਤ ਮੁਬਾਰਕ ਜੀ। ਇਹ ਗਰੁੱਪ ਸੱਜਣਾ ਨਾ ਬੇਲੀਆਂ ਨਾ ਭਰਾਵਾਂ ਨਾਲ ਹੀ ਸੋਹਣੇ ਲੱਗਦੇ ਹੈ, ਅਤੇ ਮੁਖਲਸ ਬੇਲੀ ਗਰੁੱਪ ਦੀ ਜਾਨ ਸ਼ਾਨ ਆਨ ਹੁੰਦੇ ਨੇ। ਅੱਲਾਹ ਤਾਲਾ ਖੁਸ਼ ਰੱਖੇ ਜੀ। ਰਾਣਾ ਸ਼ਮਸ਼ਾਦ ਭਾਈ, ਸੁਹੇਲ ਨੱਤ ਭਾਈ ਸਦਰ ਪਾਕ ਅਵਾਨ ਗਰੁੱਪ ਨੂੰ ਹਾਰ ਪਹਿਨਾ ਰਿਹਾ ਜੀ। ਜੀ ਸੁਹੇਲ ਭਾਈ ਵੈਲਕਮ ਜੀ, ਵੈਲਕਮ ਜੀ। ਅੱਲਾਹ ਖੁਸ਼ ਰੱਖੇ ਜੀ। ਭਾਈਆਂ ਨੂੰ ਦਿਲ ਦੀਆਂ ਅਥਾਹ ਗਰਾਈਆਂ ਨਾਲ ਖੁਸ਼ ਆਮਦੀਦ। ਅੱਲਾਹ ਖੈਰ ਬੇੜੇ ਪਾਰ, ਅੱਲਾਹ ਤਾਲਾ ਫਤਿਹ ਦੇ, ਅੱਲਾਹ ਤਾਲਾ ਜਿੱਤ ਦੇ। ਲਿਆਕਤ ਭਾਈ, ਸ਼ੌਕ ਸ਼ਿਕਾਰ ਦੇ ਮਾਮਲਾਤ, ਬੇਲੀਆਂ ਦਾ ਮਸ਼ਵਰਾ ਸਭ ਤੋਂ ਪਹਿਲੇ, ਸੱਜਣਾ ਦੀ ਦੀਦ ਸਭ ਤੋਂ ਪਹਿਲੇ, ਦੀਦ ਹੈ ਅਤੇ ਸਭ ਕੁਛ ਹੈ। ਸ਼ੇਖ ਖਿਜ਼ਰ ਭਾਈ, ਮੈਂ ਗੱਲ ਠੀਕ ਕੀਤੀ? ਸਰ ਅੱਲਾਹ ਤੁਹਾਨੂੰ ਖੁਸ਼ ਰੱਖੇ, ਅੱਲਾਹ ਕਾਮਯਾਬੀ ਦੇ, ਵਸਦੇ ਰਹੋ। ਮਜ਼ਾ ਆ ਗਿਆ ਜੀ। ਅੱਲਾਹ ਖੈਰ ਬੇੜੇ ਪਾਰ ਜੀ। ਚੇਅਰਮੈਨ ਸਿਲੈਕਸ਼ਨ ਕਮੇਟੀ ਮਲਿਕ ਨਾਸਰ ਅਵਾਨ, ਸ਼ੇਖ ਖਿਜ਼ਰ ਸਾਹਿਬ ਦੇ ਡੇਰੇ 'ਤੇ ਦਿਲ ਦੀਆਂ ਥਾਂ ਗਰਾਈਆਂ ਨੂੰ, ਦਿਲ ਦੀਆਂ ਥਾਂ ਗਰਾਈਆਂ ਨਾਲ ਖੁਸ਼ ਆਮਦੀਦ ਜੀ। ਉਹ ਮਾਨੀ ਭਾਈ, ਤੇਰੀਆਂ ਕਮਾਲ ਮੁਹੱਬਤਾਂ, ਅੱਲਾਹ ਖੁਸ਼ ਰੱਖੇ ਜੀ। ਅਸਾਂ ਡੇਰੇਵਾਲ, ਸਾਡੇ ਯਾਰ ਡੇਰੇਵਾਲ, ਯਾਰ ਸੋਹਣੇ ਲੱਗਦੇ ਨੇ ਯਾਰਾਂ ਦੇ ਨਾਲ। ਵਸਦੇ ਰਹੋ ਬੇਲੀਓ ਚੌਧਰੀ ਸਾਜਦ ਥੰਡੀਲ ਸਾਹਿਬ, ਸਦਰ ਪਾਕ ਅਵਾਨ ਗਰੁੱਪ ਮਲਿਕ ਆਸ਼ਕ ਅਵਾਨ ਸਾਹਿਬ। ਅੱਲਾਹ ਖੈਰ ਬੇੜੇ ਪਾ। ਕਿਆ ਬਾਤ ਹੈ ਜੀ! ਸ਼ੇਖ ਖਿਜ਼ਰ ਭਾਈ ਨੇ VIP ਖਾਣਾ, ਮਾਸ਼ਾਅੱਲਾ ਜੀ, ਮਸਾਲੀ ਖਾਣਾ, ਮਜ਼ਾ ਆ ਗਿਆ ਜੀ। ਮਾਸ਼ਾਅੱਲਾ ਜੀ, ਮਾਸ਼ਾਅੱਲਾ ਜੀ, ਬਹੁਤ ਅੱਛਾ ਈਦ ਮਿਲਨ ਪਾਰਟੀ ਦਾ ਫੰਕਸ਼ਨ। ਪਾਕ ਅਵਾਨ ਗਰੁੱਪ ਬਹਾਵਲਪੁਰ ਡਿਵੀਜ਼ਨ ਦੇ ਸਦਰ, ਸੋਹਣਾ ਵੀਰ ਮੋਹਤਰਮ
ਸ਼ੇਖ ਖਿਜ਼ਰ ਭਾਈ, ਬਹੁਤ ਮਿਹਰਬਾਨੀ ਜੀ। VIP ਖਾਣੇ ਬਹਾਵਲਪੁਰ ਰਿਆਸਤ ਦੇ ਨਵਾਬਾਂ ਵਾਲੇ ਖਾਣੇ, ਮਜ਼ਾ ਆ ਗਿਆ, ਚੱਸ ਆ ਗਈ। ਅੱਲਾ ਤੁਹਾਨੂੰ ਖੁਸ਼ ਰੱਖੇ ਜੀ, ਸਾਰੇ ਬੇਲੀਆਂ ਨੂੰ ਦਿਲ ਦੀਆਂ ਹੱਥਾਂ ਗਰਾਈਆਂ ਨਾਲ। ਸ਼ੇਖ ਖਿਜ਼ਰ ਭਾਈ ਸਦਰ ਬਹਾਵਲਪੁਰ ਡਿਵੀਜ਼ਨ, ਉਹਨਾਂ ਦੇ ਡੇਰੇ 'ਤੇ ਪਾਕ ਅਵਾਨ ਗਰੁੱਪ ਦੇ ਬੇਲੀਆਂ ਨੂੰ, ਭਾਈਆਂ ਨੂੰ ਦਿਲ ਦੀਆਂ ਹੱਥਾਂ ਗਰਾਈਆਂ ਨਾਲ ਖੁਸ਼ ਆਮਦੀਦ। ਮਲਿਕ ਆਸ਼ਕ ਸਦਰ ਪਾਕ ਅਵਾਨ ਗਰੁੱਪ, ਬਾਨੀ ਗਰੁੱਪ ਮੀਆਂ ਸਾਜਾਦਾ ਰਾਈ, ਮਲਿਕ ਨਾਸਰ ਅਵਾਨ, ਸੈਯਦ ਪੀਰ ਹਮਦ ਅਲੀ ਸ਼ਾਹ ਗਿਲਾਨੀ, ਚੌਧਰੀ ਸਾਜਦ ਤੰਦੀਲ ਖਾਨ, ਫਰੂਖ ਖਾਨ ਕਾਂਜੂ, ਸੀਨੀਅਰ ਜੂਨੀਅਰ ਮੈਂਬਰਾਨਾਂ ਨੂੰ, ਪਾਕ ਅਵਾਨ ਗਰੁੱਪ ਦੀ ਇੰਤਜ਼ਾਮੀਆਂ ਲੀਡਰਸ਼ਿਪ ਦੀ ਤਰਫੋਂ ਦਿਲ ਦੀਆਂ ਹੱਥਾਂ ਗਰਾਈਆਂ ਨਾਲ ਖੁਸ਼ ਆਮਦੀਦ। ਸਪੈਸ਼ਲੀ ਲਿਆਕਤ ਭਾਈ ਨੇ ਪਾਕ ਅਵਾਨ ਗਰੁੱਪ ਜੁਆਇਨ ਕੀਤਾ, ਬੇਲੀਆਂ ਨਾਲ ਗੱਲ ਕੀਤੀ ਹੈ ਕਿ ਜਿੱਥੇ ਪਾਕ ਅਵਾਨ ਗਰੁੱਪ ਦੇ ਲੀਡਰਾਂ ਦਾ ਪਸੀਨਾ ਗਿਰੇਗਾ, ਲਿਆਕਤ ਭਾਈ ਦਾ ਖੂਨ ਗਿਰੇਗਾ ਇਨਸ਼ਾਅੱਲਾ। ਬਾਕੀ ਦੀ ਸਾਰੀ ਜ਼ਿੰਦਗੀ ਪਾਕ ਅਵਾਨ ਗਰੁੱਪ ਦੇ ਨਾਂ, ਅੱਲਾ ਦੇ ਹੁਕਮ ਨਾਲ ਜੀ। ਸਾਰੇ ਬੇਲੀ ਉਸਤਾਦ ਮੋਹਤਰਮ ਖਾਨ, ਬੁੱਢਨ ਖਾਨ ਲੰਗਾ ਸਾਹਿਬ ਸਪੈਸ਼ਲ ਚੀਫ ਗੈਸਟ ਅੱਜ ਦੀ ਇਸ ਮੀਟਿੰਗ ਦੇ, ਸਾਰੀਆਂ ਗੱਲਾਂ ਉਸਤਾਦਾਂ ਦੇ ਨਾਲ ਹੀ ਜੀ। ਅੱਲਾ ਸਲਾਮਤ ਰੱਖੇ ਜੀ, ਮਜ਼ਾ ਆ ਗਿਆ ਜੀ। ਪਾਕਿਸਤਾਨ ਸ਼ੌਕ ਸ਼ਿਕਾਰ ਨਾਲ ਤਲਕ ਰੱਖਣ ਵਾਲੇ ਸਾਰੇ ਵੀਰ, ਬੇਲੀਓ ਇਹ ਅਸਲ ਚੀਜ਼ ਹੈ, ਮਿਲ ਬੈਠ ਕੇ ਗੱਪ ਸ਼ੱਪ, ਦਾਵਤਾਂ, ਈਦ ਮਿਲਣ ਪਾਰਟੀ, ਪਾਕ ਅਵਾਨ ਗਰੁੱਪ ਦਾ ਇੱਕ ਬਹੁਤ ਅੱਛਾ ਫੰਕਸ਼ਨ, ਜ਼ੇਰੇ ਨਿਗਰਾਨੀ ਜ਼ੇਰੇ ਸਰਪ੍ਰਸਤੀ ਮੀਆਂ ਸਾਜਦ ਰਾਈ ਔਰ ਮਲਿਕ ਆਸ਼ਕ ਅਵਾਨ। ਅੱਲਾ ਤਾਲਾ ਬੇਲੀਆਂ ਨੂੰ ਖੁਸ਼ ਰੱਖੇ। ਪਾਕ ਅਵਾਨ ਗਰੁੱਪ ਦੇ 4 ਮੈਚ ਸੀਜ਼ਨ 2024-2025 ਇਨਸ਼ਾਅੱਲਾ ਚੱਸ ਆਏਗੀ। ਟੌਪ ਕਲਾਸ ਮੈਚ ਅੱਲਾ ਤਾਲਾ ਕਾਮਯਾਬ ਕਰੇ ਜੀ। ਪਾਕ ਅਵਾਨ ਗਰੁੱਪ ਨੂੰ ਅੱਲਾ ਇੱਜ਼ਤ ਦੇ, ਅੱਲਾ ਫਤਿਹ ਦੇ ਜੀ। ਮਜ਼ਾ ਆਇਆ ਜੀ, ਕਿਆ ਬਾਤ ਹੈ ਜੀ, ਚੱਸ ਆਈ ਜੀ। ਸੁਹੇਲ ਭਾਈ ਔਰ ਸੁਹੇਲ ਨੱਤ ਸਾਹਿਬ, ਦਿਲ ਦੀਆਂ ਹੱਥਾਂ ਗਰਾਈਆਂ ਨਾਲ ਖੁਸ਼ ਆਮਦੀਦ। ਛੋਟੇ ਭਾਈ ਹੋ ਤੁਸੀਂ, ਅੱਲਾ ਖੈਰ ਕਰੇਗਾ, ਅੱਲਾ ਖੈਰ ਕਰੇਗਾ ਜੀ। ਮਾਨੀ ਭਾਈ ਸਪੈਸ਼ਲੀ ਤੁਹਾਡੀ ਖਿਦਮਤ, ਤੁਹਾਡਾ ਪਿਆਰ, ਅਫਜ਼ਲ ਲੰਗਾ ਸਾਹਿਬ ਦਿਲ ਦੀਆਂ ਹੱਥਾਂ ਗਰਾਈਆਂ ਨਾਲ ਤੁਹਾਡਾ ਸ਼ੁਕਰੀਆ ਜੀ। ਤੁਸੀਂ ਸ਼ੇਖ ਖਿਜ਼ਰ ਸਾਹਿਬ ਦੇ ਵੀਰ ਹੋ, ਪਾਕ ਅਵਾਨ ਗਰੁੱਪ ਦੀ ਜਾਨ ਸ਼ਾਨ ਹੋ। ਸੁਹੇਲ ਭਾਈ ਔਰ ਸੁਹੇਲ ਨੱਤ ਭਾਈ, ਮਜ਼ਾ ਆ ਗਿਆ ਜੀ। ਲਿਆਕਤ ਭਾਈ ਹਾਂਜੀ ਜੀ ਜੀ ਖਾਨ ਅਫਜ਼ਲ ਖਾਨ ਲੰਗਾ, ਪ੍ਰਿੰਸ ਆਫ ਬਾਵਲਪੁਰ ਪਾਕ ਅਵਾਨ ਗਰੁੱਪ, ਮਜ਼ਾ ਆ ਗਿਆ ਜੀ ਬੇਲੀਆਂ ਦਾ। ਮੋਹਤਰਮ ਮੇਰੇ ਵੀਰ ਸੈਯਦ ਪੀਰ ਹਮਦ ਸ਼ਾਹ ਗਿਲਾਨੀ ਸਰ, ਵੈਲਕਮ। ਤੁਹਾਡੀਆਂ ਮੁਹੱਬਤਾਂ, ਕਮਾਲ ਮੁਹੱਬਤਾਂ, ਤੁਹਾਡਾ ਪਿਆਰ, ਪਾਕ ਅਵਾਨ ਗਰੁੱਪ ਦੀ ਸੀਨੀਅਰ ਲੀਡਰਸ਼ਿਪ ਸਰ, ਆਪਕੋ ਦਿਲ ਕੀ ਅਤਾ ਗਰਾਈਓਂ ਸੇ ਖੁਸ਼ ਆਮਦੀਦ ਕਹਤੇ ਪੀਰ ਸਾਹਿਬ, ਆਪਕੀ ਦੁਆਏ ਚਾਹੀਏ ਸਭ ਭਾਈਓਂ ਕੋ, ਸਲਾਮਤ ਰਹੇ ਜੀ। ਹੋ ਗਿਆ ਜੀ, ਉਹਨਾਂ ਦਾ ਤਾਂ ਇੰਟਰਵਿਊ ਹੋ ਗਿਆ ਜੀ ਇਹਨਾਂ ਜੀ। ਮੈਂ ਕਿਹਾ ਮਲਿਕ ਸਾਹਿਬ ਦੇ ਬੇਹੱਦ ਮਸ਼ਹੂਰ ਹੈ,
ਸ਼ੇਖ ਸਾਹਿਬ ਨੇ ਜਿਹੜਾ ਖਾਣਾ ਪੁਰਤ ਕਲੂਫ ਦਿੱਤੇ ਉਹਦੀ ਮਿਹਰਬਾਨੀ ਦੀ ਕੋਈ ਕਮੀ ਨਾ ਆਈ। ਸਭ ਯਾਦ ਕੀਤੇ ਇਨਸ਼ਾਅੱਲਾ ਸਾਡੇ ਬਿਰਾਏ ਕਿਵੇਂ ਸਮਝੋ ਸਾਡਾ ਆਪਣਾ ਘਰ ਹੈ, ਆਪਣੇ ਘਰ ਦੇ ਵਿੱਚ ਆ ਬੈਠਿਆ। ਮੀਆਂ ਸਾਜਦ ਸਾਹਿਬ ਜਿਹੜੇ ਸਾਡੇ ਗਰੁੱਪ ਦੇ ਬਾਨੀ ਹਨ ਉਹਨਾਂ ਦੇ ਬੇਹੱਦ ਮਸ਼ਹੂਰ ਹੈ, ਉਹਨਾਂ ਸਭ ਕੁਝ ਦਾਵਤ ਸ਼ਾਮਿਲ ਕੀਤੇ। ਮਲਿਕ ਸਾਹਿਬ ਸਾਡੇ ਭਾਈ ਹਨ, ਬੜੇ ਦੂਰ ਤੋਂ ਹੈ। ਇਨਸ਼ਾਅੱਲਾ ਸਾਰੀ ਜਿਹੜੀ ਜ਼ਿੰਦਗੀ ਹੈ, ਪਹਿਲੇ ਵੀ ਉਹਨਾਂ ਦੇ ਨਾਂ ਹੈ, ਹੁਣ ਵੀ ਉਹਨਾਂ ਦੇ। ਵੈਲਕਮ ਇਨਸ਼ਾਅੱਲਾ, ਪਾਕਿਸਤਾਨ ਗਰੁੱਪ ਜ਼ਿੰਦਾਬਾਦ। ਲਾਲਾ ਅਖਤਰ ਪਹਿਲਵਾਨ ਜੀ, ਉਹ ਅਖਤਰ ਪਹਿਲਵਾਨ ਸਾਹਿਬ ਦੇ ਜਿੰਨੇ ਵੀ ਸਾਰੇ ਦੋਸਤ ਕੜਨ ਮਿਲਣ ਵਾਲੇ, ਮੈਂ ਉਹਨਾਂ ਦਾ ਬੇਹੱਦ ਮਸ਼ਹੂਰ ਹਾਂ ਕਿ ਜਿਹੜੇ ਸਾਡੇ ਗਰੁੱਪ ਵਿੱਚ ਨਵੇਂ ਹਨ ਉਹਨਾਂ ਦੇ ਬੇਹੱਦ ਮਸ਼ਹੂਰ ਹੈ ਕਿ ਉਹਨਾਂ ਸਾਕੂ ਵੀ ਮੁਲਕਨ ਕੀਤੇ, ਜਿਵੇਂ ਜਿਵੇਂ ਉਹਨਾਂ ਨੇ ਮੁਹੱਬਤ ਕੀਤੀ ਹੈ ਮਲਿਕ ਸਾਹਿਬ ਨਾਲ, ਤੇ ਇਨਸ਼ਾਅੱਲਾ ਅਸਾਂ ਉਹਨਾਂ ਕੋਲ ਵੱਧ ਕੇ ਮੁਹੱਬਤ। ਸਾਡੀ ਜਿਹੜੀ ਵੀ ਚੀਜ਼ ਹੈ ਉਹ ਗੁਨਾਹ ਵੀ ਹੈ ਜਿਹੜੇ ਸਾਡੇ ਗਰੁੱਪ ਦੇ ਵਿੱਚ। ਤੇ ਜਿਹੜੇ ਸੀ ਮਹਿਮਾਨ ਹਨ ਜੀ, ਮਲਿਕ ਆਸ਼ਿਕ ਸਾਹਿਬ, ਸਾਜਿਦ ਭਾਈ, ਸਾਜਿਦ ਸਮੀਦਾ ਸਾਹਿਬ, ਇਹ ਸਾਰੇ ਇਹਨਾਂ ਦਿਲੋਂ ਇਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਨੇ ਹੈ। ਇਹਨਾਂ ਆਦਿ ਸਾਰਾ ਅਸੀਂ ਮਾਨ ਵਧਾਏ ਨੇ ਮਾਸ਼ਾਅੱਲਾ, ਅਤੇ ਇਹ ਆਪ ਹੀ ਮਾਲਿਕ ਹਨ, ਅਸਾਂ ਇਹਨਾਂ ਦੇ ਗਰੁੱਪ ਨਾਲ ਹੈ। ਅਤੇ ਬਾਬਲਪੁਰ ਡਿਵੀਜ਼ਨ ਪਾਕ ਅਫਗਾਨ ਗਰੁੱਪ ਦੇ ਤੁਸੀਂ ਸਦਰ ਹੋ ਜੀ, ਤੁਹਾਡੀਆਂ ਕਮਾਲ ਬਖਤਾਂ ਜੀ, ਚਾਸਾ ਗਈ ਜੀ, ਰਾਣਾ ਸ਼ਮਸ਼ਾਦ ਭਾਈ, ਲਿਆਕਤ ਭਾਈ, ਅੱਲਾ ਖੈਰ ਬੇੜੇ ਪਾਰ, ਬੇਲੀ ਬੇਲੀ ਹੁੰਦੇ ਜੀ, ਅੱਲਾ ਤਾਲਾ ਸਲਾਮਤ ਰੱਖੇ ਜੀ। ਸੀਨੀਅਰ ਲੀਡਰਸ਼ਿਪ ਜੀ, ਮੀਆਂ ਸਾਜਦ ਭਾਈ, ਪੀਰ ਹਮਦ ਸ਼ਾਹ ਗਿਲਾਨੀ ਸਾਹਿਬ ਨੇ ਬਹੁਤ ਖੂਬਸੂਰਤ ਸ਼ੁਕਰੀਆ ਅਦਾ ਕੀਤਾ, ਵੈਲਕਮ ਕੀਤਾ। ਅੱਲਾ ਪੀਰ ਹਮਦ ਸ਼ਾਹ ਗਿਲਾਨੀ ਨੂੰ ਸਦਾ ਆਪਣੇ ਸਾਰਿਆਂ ਦੇ ਸਿਰਾਂ 'ਤੇ ਸਲਾਮਤ ਰੱਖੇ ਜੀ। ਆਪਣੇ ਬੜੇ ਭਾਈ ਹੈ ਜੀ, ਸੀਨੀਅਰ ਹੈ ਜੀ। ਮਲਿਕ ਸਾਹਿਬ ਗਰੁੱਪ ਦਾ ਮਾਣ ਵਧਿਆ ਸਰ, ਤੁਹਾਨੂੰ ਬਹੁਤ ਬਹੁਤ ਮੁਬਾਰਕ ਜੀ। ਬਸ ਜੀ, ਸਾਰੇ ਭਰਾਵਾਂ ਨੂੰ ਮੁਬਾਰਕ। ਇਹਨਾਂ ਸਾਰੇ ਭਰਾਵਾਂ ਦਾ ਬੇਹੱਦ ਮਸ਼ਹੂਰ ਹਾਂ ਕਿ ਜਿਹਨਾਂ ਸਾਨੂੰ ਇੱਜ਼ਤ ਦਿੱਤੀ, ਇਸ ਕਾਬਲ ਸਮਝਿਆ ਅਤੇ ਬੁਲਾਇਆ। ਕਿਆ ਬਾਤ ਹੈ ਜੀ, ਪਾਕ ਅਫਗਾਨ ਗਰੁੱਪ ਦਾ ਈਦ ਮਿਲਨ ਪਾਰਟੀ ਪ੍ਰੋਗਰਾਮ ਬਹੁਤ ਖੂਬਸੂਰਤ, ਜ਼ਬਰਦਸਤ ਜ਼ਬਰਦਸਤ ਜੀ। ਜੀ ਹਲੇ ਪ੍ਰੋਗਰਾਮ ਬਕਾਇਆ ਹੈ ਜੀ। ਜੀ ਪ੍ਰੋਗਰਾਮ ਚੱਲ ਰਿਹਾ ਜੀ, ਸ਼ੁਰੂ ਹੋਇਆ ਜੀ, 2-3 ਦਿਨ ਦਾ ਪ੍ਰੋਗਰਾਮ ਹੈ, ਇਸ ਤੋਂ ਬਾਅਦ ਮਲਿਕ ਨਾਥਰ ਸਾਹਿਬ ਦੇ ਕੋਲ ਜੀ, ਇਨਸ਼ਾਅੱਲਾ ਇਨਸ਼ਾਅੱਲਾ। ਚੌਧਰੀ ਸਾਜਦ ਥੰਦੀਲ ਸਾਹਿਬ ਸਰ, ਬਹੁਤ ਮਿਹਰਬਾਨੀ ਸਰ, ਵੈਲਕਮ। ਖਾਨ ਫਾਰੂਕ ਖਾਨ ਕਾਜੂ ਭਾਈ ਵੈਲਕਮ ਜੀ, ਖਾਨ ਅਫਜ਼ਲ ਖਾਨ ਲੰਗਾ ਵੈਲਕਮ ਸਰ, ਸਾਰੇ ਬੇਲੀ ਸਾਰੇ ਵੀਰ ਬਹੁਤ ਪਿਆਰੇ, ਅੱਲਾ ਖੁਸ਼ ਰੱਖੇ ਜੀ। ਅਸਦ ਗਿਲਾਨੀ ਯੂਟਿਊਬ ਚੈਨਲ ਦੀ ਤਰਫੋਂ ਹਾਜ਼ਰੇ ਖਿਦਮਤ ਹਾਂ। ਬੇਲੀਓ, ਮੈਂ ਸ਼ੌਕ ਸ਼ਿਕਾਰ ਨਾਲ ਤਲਕ ਰੱਖਣ ਵਾਲੇ ਆਪਣੇ ਭਾਈਆਂ ਦੇ ਤਾਰਫ ਕਰਾ ਰਿਹਾ ਜੀ ਆਪਣੇ ਯੂਟਿਊਬ ਚੈਨਲ ਦੇ ਜ਼ਰੀਏ। ਪਿਆਰ ਕਰਿਆ ਕਰੋ, ਦੁਆ ਕਰਿਆ ਕਰੋ ਕਿ ਅੱਲਾਹ ਤਾਲਾ ਤੁਹਾਨੂੰ ਸਾਨੂੰ ਸਾਰਿਆਂ ਨੂੰ ਸਲਾਮਤ ਰੱਖੇ, ਸਿਹਤ ਤੰਦਰੁਸਤੀ ਦੇ। ਚਾਸ ਆ ਗਈ ਸਰ, ਸ਼ੇਖ ਖਿਦਰ ਸਾਹਿਬ ਮਜ਼ਾ ਆ ਗਿਆ ਜੀ। ਪਾਕਿਸਤਾਨ ਮਾਸ਼ਾਅੱਲਾ ਜੀ, ਮਾਸ਼ਾਅੱਲਾ ਜੀ, ਇਤਤਾਮ ਪਜ਼ੀਰ ਪਾਰਟੀ, ਈਦ ਮਿਲਨ ਪਾਰਟੀ, ਗਰੁੱਪ ਫੋਟੋ ਪਾਕ ਅਫਗਾਨ ਗਰੁੱਪ। ਸੋਹਣੇ ਵੀਰ, ਖੁਦਾ ਹਾਫਿਜ਼ ਸ਼ੇਖ ਖਿਜ਼ਰ ਭਾਈ ਔਰ ਉਹਨਾਂ ਦੇ ਸਾਰੇ ਸਾਥੀ ਸਾਰੇ ਦੋਸਤ, ਬਹੁਤ ਮਿਹਰਬਾਨੀ, ਤੁਹਾਡੀਆਂ ਕਮਾਲ ਮੁਹੱਬਤਾਂ, ਤੁਹਾਡੀ ਮੁਹੱਬਤ, ਤੁਹਾਡਾ ਪਿਆਰ ਬਹੁਤ ਖੂਬਸੂਰਤ, ਤੁਸੀਂ ਬੜੇ ਜੀਦਾਰ ਹੋ ਜੀ, ਬਹੁਤ ਪਿਆਰੇ ਹੋ ਜੀ।
ਪਾਕ ਆਵਾਨ ਗਰੁੱਪ ਦੇ ਚੇਅਰਮੈਨ ਸਿਲੈਕਸ਼ਨ ਕਮੇਟੀ ਮਲਿਕ ਨਾਸਰ ਆਵਾਨ ਭਾਈ, ਬਾਨੀ ਗਰੁੱਪ ਮੀਆਂ ਸਾਜਦ ਰਾਨ ਸਾਜਦ ਰਾਈ ਭਾਈ, ਜਨਾਬ ਮੋਹਤਰਮ ਮਲਿਕ ਆਸ਼ਕ ਆਵਾਨ ਚੌਧਰੀ ਸਾਜਦ ਤੰਦੀਲ, ਅੱਜ ਦੇ ਮਹਿਮਾਨ ਬਹੁਤ ਸ਼ੁਕਰੀਆ ਜੀ। ਪਾਕ ਆਵਾਨ ਗਰੁੱਪ ਬਹਾਵਲਪੁਰ ਬਹੁਤ ਸ਼ੁਕਰੀਆ ਜੀ। ਇਹ ਖੜ੍ਹਾ ਹੀ ਮੇਰੀ ਬੈਕ ਸਾਈਡ 'ਤੇ ਜੀ, ਮਾਨੀ ਖਿੱਚੀ ਅੱਜ ਦਾ ਸ਼ਹਿਜ਼ਾਦਾ ਮੇਜ਼ਬਾਨ, ਇਹਦੀ ਕਮਾਲ ਮੁਹੱਬਤ, ਇਹਨਾਂ ਨੇ ਬਹੁਤ ਖਿਦਮਤ ਕੀਤੀ। ਵਸਦੇ ਰਹੋ ਜੀ ਮਾਨੀ ਖਿੱਚੀ ਭਾਈ ਜਾਨ, ਅੱਲਾ ਸਲਾਮਤ ਰੱਖੇ ਜੀ, ਅੱਲਾ ਖੁਸ਼ ਰੱਖੇ ਜੀ। ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ, ਖੁਦਾ ਹਾਫਿਜ਼ ਜੀ। ਪਾਕ ਆਵਾਨ ਗਰੁੱਪ ਬਹਾਵਲਪੁਰ ਮੀਆਂ ਖਿਜ਼ਰ ਸ਼ਹਿਜ਼ਾਦਾ ਵੀਰ, ਰੱਬ ਰਾਖਾ ਜੀ, ਰੱਬ ਰਾਖਾ ਜੀ, ਰੱਬ ਰਾਖਾ ਜੀ, ਰੱਬ ਰਾਖਾ ਜੀ, ਖੁਦਾ ਹਾਫਿਜ਼ ਜੀ।